ਜਿਵੇਂ ਕਿ ਨੂੰ ਕਰੇ ਵਿਦਿਆਰਥੀਓ 9th ਕਲਾਸ ਦੀ ਇੰਗਲਿਸ਼ ਦੀ ਬੁੱਕ ਸਪਲੀਮੈਂਟਰੀ ਰੀਡਰ ਉਸ ਦਾ ਲੈਸਨ ਨੰਬਰ 9 ਦੀ ਕਿੰਗ ਹੂ ਲਿੰਪਡ ਇਸ ਲੈਸਨ ਦੇ ਕੁਐਸਚਨ ਆਨਸਰ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਨੋਟਬੁੱਕ ਤੇ ਪੈਨ ਲੈ ਲਓ ਸਾਰੇ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਐਕਸਪਲੇਨੇਸ਼ਨ ਨੂੰ ਟਰਾਂਸਲੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ ਪਰ ਮਗਰੋਂ ਦੀ ਇਹਨਾਂ ਆਨਸਰਸ ਨੂੰ ਬਿਨਾਂ ਦੇਖੇ ਘੱਟੋ-ਘੱਟ ਇੱਕ ਵਾਰੀ ਆਪ ਲਿਖਣ ਦਾ ਅਭਿਆਸ ਜ਼ਰੂਰ ਕਰਨਾ ਹੈ ਤੇ ਇਸੇ ਨਾਲ ਇਸੇ ਚੈਨਲ ਦੇ ਉੱਤੇ 9th ਕਲਾਸ ਦੀਆਂ ਪੰਜ ਪਲੇਲਿਸਟਾਂ ਹੋਰ ਹਨ ਉਹ ਵੀ ਜੁਰ ਦੇਖੋ ਇੱਕ ਹੈ 9th ਇੰਗਲਿਸ਼ ਐਮਸੀਬੀ ਦੂਸਰੀ ਹੈ 9th ਇੰਗਲਿਸ਼ ਗ੍ਰਾਮਰ ਤੀਸਰੀ ਹੈ 9th ਸਾਇੰਸ ਚੌਥੀ ਹੈ 9th ਮੈਥ ਤੇ ਪੰਜਵੀਂ ਹੈ 9th ਮੈਥ ਨੋਟਸ ਸੋ ਮੈਥ ਸਾਇੰਸ ਤੇ ਇੰਗਲਿਸ਼ ਦੇ ਹੋਰ ਵਿਸ਼ਿਆਂ ਦੇ ਤੁਹਾਡੇ ਵੀ ਲੋੜਾਂ ਇੱਥੇ ਪੂਰੀ ਹੋ ਜਾਣਗੀਆਂ ਪਲੇਲਿਸਟ ਤੇ ਜਾ ਕੇ ਤੁਸੀਂ ਲੋੜਿੰਦੀ ਵੀਡੀਓ ਦੇਖ ਸਕਦੇ ਹੋ ਸਭ ਸ਼ੁਰੂ ਕਰੀਏ ਵਾਈ ਵਰ ਦਾ ਕੋਟਿਅਰਸ ਐਂਸ਼ੀਅਸ ਐਂਸ਼ੀਅਸ ਮਨੇ ਨਰਵਸ ਚਿੰਤਿਤ ਕੋਟਿਅਰਸ ਮਨੇ ਦਰਬਾਰੀ ਜੋ ਰਾਜੇ ਦੀ ਹਜ਼ੂਰੀ ਵਿੱਚ ਰਹਿੰਦੇ ਨੇ ਸੋ ਵਾਈ ਵਰ ਦਾ ਕੋਰਟियर्स ਐਂਸ਼ੀਅਸ ਦਰਬਾਰੀ ਇਹਨੇ ਐਂਸ਼ੀਅਸ ਚਿੰਤਿਤ ਨਰਵਸ ਕਿਉਂ ਸੀਗੇ ਸੋ ਦੀ ਕੋਰਟियर्स ਵਾਰ ਐਂਸ਼ੀਅਸ ਟੂ ਮੀਟ ਦੀ ਨਿਊ ਕਿੰਗ ਅਰਥਾਤ ਨਵੇਂ ਰਾਜੇ ਨੂੰ ਮਿਲਣ ਬਾਰੇ ਉਹ ਨਰਵਸ ਸੀਗੇ ਦੂਜਾ ਸਵਾਲ ਹਾਊ ਡਿਡ ਦੀ ਕਿੰਗ ਲੁੱਕ ਲਾਈਕ ਅਰਥਾਤ ਰਾਜਾ ਕਿਵੇਂ ਦਿਖਦਾ ਸੀ ਸੋ ਜਵਾਬ ਇਹ ਜਵਾਬ ਇਹ ਦੀ ਕਿੰਗ ਲੁੱਕਡ ਕੁਇਰ ਕੁਇਰ ਦਾ ਮਤਲਬ ਹੁੰਦਾ ਬੱਚਿਓ ਹਸੋਹੀਣਾ ਅਜੀਬੋ ਗਰੀਬ ਅਰਥਾਤ ਪਰੰਪਰਾ ਤੋਂ ਹਟਕੇ ਵੱਖਰਾ ਅਨੋਖਾ ਲੱਗਦਾ ਸੀ ਕਿਉਂ ਹੀ ਵੋਰ ਅ ਬੌਲਰ ਹੈਟ ਉਹਨੇ ਇੱਕ ਗੋਲਜੀ ਟੋਪੀ ਪਾਈ ਹੋਈ ਸੀਗੀ ਬਜਾਏ ਇਸ ਦੇ ਕਿ ਰਾਜੇ ਤੇ ਤਾਜ ਪੰਦੇ ਨੇ ਐਂਡ ਵਾਕਟ ਵਿਦ ਅ ਮਾਰਕਡ ਲਿੰਪ ਟਰਡੀ ਕਿਤਾਬ ਚ ਸ਼ਬਦ ਯੂਜ਼ ਕੀਤਾ ਪ੍ਰੋਨounced ਤੇ ਮੈਂ ਕਿਹਾ ਦੂਜਾ ਸ਼ਬਦ ਵਰਤ ਲਈਏ ਤਾਂ ਕਿ ਤੁਹਾਨੂੰ ਨਵੇਂ ਸ਼ਬਦ ਦਾ ਪਤਾ ਲੱਗੇ ਮਾਰਕ ਦਾ ਮਤਲਬ ਹੁੰਦਾ ਹੈ ਸਾਫ਼ ਸਪਸ਼ਟ ਤੌਰ ਤੇ ਨਜ਼ਰ ਆਣਾ ਪ੍ਰੋਨounced ਵੀ ਹੈਗਾ ਮਲਕੀ ਸਾਫ ਨਜ਼ਰ ਆ ਰਿਆ ਸੀ ਲਿੰਪ ਮੈਨੇ ਲੰਗ ਅਰਥਾਤ ਉਹ ਬੜੀ ਸਾਫ ਨਜ਼ਰ ਆਂਦੀ ਲੰਗ ਮਾਰ ਕੇ ਤੁਰਦਾ ਪਿਆ ਸੀ ਲੰਗੜਾ ਕੇ ਤੁਰਦਾ ਪਿਆ ਸੀ ਮਾਕ ਦਾ ਮਾਕ ਲਿੰਪ ਦਾ ਮਤਲਬ ਹੁੰਦਾ ਵੀ ਛੋਟੀ ਮੋਟੀ ਲੰਗ ਨਹੀਂ ਸੀ ਚੰਗੀ ਵੱਡੀ ਲੰਗ ਮਾਰ ਕੇ ਤੁਰਦਾ ਪਿਆ ਸੀ ਹਾਉ ਡਿਡ ਦੀ ਕਿੰਗ ਬ੍ਰਿੰਗ ਵਿਦ ਹਿਮ ਸੋਰੀ ਹੂ ਡਿਡ ਦੀ ਕਿੰਗ ਬ੍ਰਿੰਗ ਵਿਦ ਹਿਮ ਤੇ ਦੂਜਾ ਸਵਾਲ ਹੈ ਵਾਈ ਅਰਥਾਤ ਰਾਜਾ ਆਪਣੇ ਨਾਲ ਕਿਹਨਾਂ ਨੂੰ ਲੈ ਕੇ ਆਇਆ ਕਿਹਨੂੰ ਲੈ ਕੇ ਆਇਆ ਤੇ ਫਿਰ ਜਵਾਬੇ ਕਿਉਂ ਮਿਲਿ ਸਵਾਲ ਦੁਜਾ ਵੀ ਕਿਉਂ ਲੈ ਕੇ ਆਇਆ ਸੋ ਜਵਾਬ ਇਦੀ ਕਿੰਗ ਬਰਾਡ ਵਿਦ ਹਿਮ ਟੂ men who were neighbors ਰਾਜਾ ਆਪਣੇ ਨਾਲ ਦੋ ਆਦਮੀ ਲੈ ਕੇ ਆਇਆ ਜੋ ਗੁਆਂਢੀ ਸੀ ਤੇ ਦੋ ਦਾ ਟੂ men were fighting in the street and blocking the traffic ਜਿਹੜੇ ਦੋ ਆਦਮੀ ਸੀਗੇ ਉਹ ਸੜਕ ਦੇ ਵਿੱਚ ਲੜਦੇ ਪਏ ਸੀਗੇ ਤੇ ਉਹਨੇ ਸਾਰਾ ਉਹਨਾਂ ਨੇ ਆਵਾਜਾਈ ਰੋਕਿਓ ਕੀ ਸੀ ਮਿਲ ਟ੍ਰੈਫਿਕ ਬਲੌਕ ਹੋ ਗਿਆ ਸੀਗਾ The king wanted to find out the reason for their quarrel. Quarrel, quarrel onda chhagda. Te raja jehda si oh ohna de chhagde da karan pata lagawana chahunda si. Is karke ohnu apne naal leke aaya. Phir dooja koi agla question 4. Why were the two men fighting? Hun assi pehla jawab ditta hai ki oh ladde pay si. Hun sawal hai why were the two men fighting? Oh do aadmi kyon ladde pay si? ਜਵਾਬ ਹੈ ਦੀ ਟੂ men were fighting over the ownership of a dog ਓਨਰਸ਼ਿਪ ਹੁੰਦੇ ਮਲਕੀਅਤ ਇੱਕ ਕੁੱਤੇ ਦੀ ਮਲਕੀਅਤ ਨੂੰ ਲੈ ਕੇ ਉਹ ਦੋਨੋਂ ਲੜਦੇ ਪਏ ਸੀ ਅਰਥਾਤ ਉਹ ਕਹਿੰਦਾ ਸੀ ਮੈਂ ਮਾਲਿਕ ਹੈਗਾ ਉਹ ਕਹਿੰਦਾ ਸੀ ਮੈਂ ਮਾਲਿਕ ਹੈਗਾ ਸੋ ਓਨਰਸ਼ਿਪ ਹੁੰਦਾ ਹੈ ਮਲਕੀਅਤ ਠੀਕ ਹੈ ਕੁਐਸਚਨ ਨੰਬਰ 5 ਵਾਈ ਡਿਡ ਦੀ ਚਾਂਸਲਰ ਐਂਡ ਦੀ ਪ੍ਰਾਈਮ ਮਿਨਿਸਟਰ ਵਾਕ ਵਿਦ ਅ ਲਿਮ ਜਿਹੜਾ ਚਾਂਸਲਰ ਸੀਗਾ ਰਾਜੇ ਦਾ ਹਾਲੇ ਰਾਜੇ ਤੇ ਅੰਦਰ ਆਇਆ ਨਹੀਂ ਸੀਗਾ ਨਵਾਂ ਰਾਜਾ ਸੀਗਾ ਤੇ ਪ੍ਰਾਈਮ ਮਿਨਿਸਟਰ ਜਿਹੜਾ ਉਹਦਾ ਵਜ਼ੀਰ ਸੀਗਾ ਮੁੱਖ ਵਜ਼ੀਰ ਵਾਕ ਵਿਦ ਅ ਲਿੰਪ ਉਹ ਲੰਗਮਾਰ ਕੇ ਕਿਉਂ ਤੁਰੇ ਉਹਨਾਂ ਦੀ ਕੋਈ ਸਮੱਸਿਆ ਨਹੀਂ ਸੀਗੀ ਉਹਨਾਂ ਨੇ ਕਿਉਂ ਲੰਗ ਮਾਰੀ ਅਰਥਾ ਲੰਗੜਾ ਕੇ ਕਿਉਂ ਤੁਰੇ ਸੋ ਜਵਾਬ ਇਦੀ ਚਾਂਸਲਰ ਐਂਡ ਦੀ ਪ੍ਰਾਈਮ ਮਿਨਿਸਟਰ ਵਾਕਡ ਵਿਦ ਅ ਲਿੰਪ ਬਿਕਾਜ਼ ਦੇ ਵਾਂਟਿਡ ਟੂ ਪਲੀਜ਼ ਦਾ ਕਿੰਗ ਬਾਈ ਇਮਿਟੇਟਿੰਗ ਹਿਮ ਇਮਿਟੇਟ ਹੁੰਦਾ ਨਕਲ ਕਰਨੀ ਉਹ ਰਾਜੇ ਨੂੰ ਉਹਦੀ ਨਕਲ ਮਾਰ ਕੇ ਜਿੱਦਾਂ ਉਹ ਕਰਦਾ ਸੀ ਉਦਾਂ ਕਰਕੇ ਉਹਨੂੰ ਖੁਸ਼ ਕਰਨ ਦੇ ਯਤਨ ਵਿੱਚ ਲੰਗ ਮਾਰ ਕੇ ਤੁਰੇ

ਉਹ ਰਾਜੇ ਨੂੰ ਖੁਸ਼ ਕਰਨਾ ਚਾਹੁੰਦੇ ਸੀ ਕਿੱਦਾਂ ਬਾਈ ਇਮਿਟੇਟਿੰਗ ਹਿਮ ਉਹਦੀ ਨਕਲ ਮਾਰ ਕੇ ਅਰਥਾਤ ਜਿੱਦਾਂ ਉਹ ਕਰਦਾ ਉਹਦਾਂ ਕਰਦੇ ਸੀ ਚਾਪਲੂਸੀ ਕਰਕੇ ਦੇ ਹੈਡ ਸੀਨ ਦੀ ਕਿੰਗ ਐਂਟਰਿੰਗ ਦੀ ਪੈਲੇਸ ਲਿੰਪਿੰਗ ਉਹਨਾਂ ਨੇ ਰਾਜੇ ਨੂੰ ਮਹਿਲ ਦੇ ਵਿੱਚ ਪ੍ਰਵੇਸ਼ ਕਰਦੇ ਹੋਏ ਦੇਖਿਆ ਸੀ ਤੇ ਦੇਖਿਆ ਸੀ ਰਾਜਾ ਲੰਗ ਮਾਰ ਕੇ ਪ੍ਰਵੇਸ਼ ਕਰ ਰਿਹਾ ਸੋ ਜਿੱਦਾਂ ਰਾਜਾ ਰਾਜਾ ਕਰਦਾ ਸੀ ਉਦਾਂ ਹੀ ਉਹਨੂੰ ਖੁਸ਼ ਕਰਨ ਲਈ ਉਹਨਾਂ ਨੇ ਲੰਗ ਮਾਰੀ ਮਰਜੀ ਲੰਗੜਾ ਕੇ ਤੁਰੇ ਕਵੈਸਚਨ ਨੰਬਰ 6 ਹੂ ਐਲਸ ਡਿਡ ਨਾਟ ਵਾਕ ਪ੍ਰੋਪਰਲੀ ਵਾਈ ਕਹਿੰਦੇ ਹੋਰ ਕਿਹੜਾ ਸਹੀ ਢੰਗ ਦੇ ਨਾਲ ਨਹੀਂ ਤੁਰਿਆ ਇੱਕ ਤੇ ਚਾਂਸਲਰ ਪ੍ਰਾਈਮ ਮਿਨਿਸਟਰ ਨਹੀਂ ਤੁਰੇ ਉਹਨੇ ਲੰਗ ਮਾਰੀ ਠੀਕ ਤਰ੍ਹਾਂ ਨਹੀਂ ਤੁਰੇ ਤੇ ਦੂਜਾ ਜੋ ਫੇਰਗਲਾਸ ਵਾਲੇ ਵਾਈ ਕਿਉਂ ਸੋ ਵਨ ਆਫ ਦੀ ਲੇਡੀਜ਼ ਇਨ ਵੀਟਿੰਗ ਲੇਡੀਜ਼ ਇਨ ਵੀਟਿੰਗ ਜਿਹੜੀਆਂ ਸੀਗੀਆਂ ਉਹਨਾਂ ਚੋਂ ਇੱਕ ਜਿਹੜੀ ਸੀਗੀ ਡਿਡ ਨਾਟ ਵਾਕ ਪ੍ਰੋਪਰਲੀ ਇੱਕ ਜਿਹੜੀ ਦੋ ਲੇਡੀਜ਼ ਇਨ ਵੀਟਿੰਗ ਦਸੀਆਂ ਪਲੇ ਦੇ ਵਿੱਚ ਦੋ ਪਾਤਰ ਨੇ ਉਹਨਾਂ ਚੋਂ ਇੱਕ ਜਿਹੜੀ ਸੀਗੀ ਉਹ ਸੀ ਤਾਂ ਉਹ ਦਿਨ ਨਾਲ ਨਹੀਂ ਤੁਰੀ ਕਿਉਂ ਸ਼ੀ ਸੈਡ ਦੈਟ ਸ਼ੀ ਹੈਡ ਅ ਸਪਰੇ ਸ਼ੀ ਹੈਡ ਅ ਸਪਰੇਨਡ ਐਂਕਲ ਐਂਕਲ ਹੁੰਦਾ ਗਿੱਟਾ ਸਪਰੇਨ ਹੁੰਦਾ ਜੇ ਤੇ ਜਿਹਦਾ ਮਾਸ ਫਟ ਗਿਆ ਹੋਵੇ ਜਿਸ ਨੂੰ ਸੀ ਕਹਿੰਦੇ ਮੋਜ ਆ ਗਈ ਉਹਨੇ ਕਿਹਾ ਕਿ ਉਹਦੇ ਗਿੱਟੇ ਦਾ ਮਾਸ ਫਟ ਗਿਆ ਸੀ ਉਹਨੇ ਇਹਦਾ ਬਹਾਨਾ ਮਾਰਿਆ ਪਰ ਇਨ ਰਿਐਲਿਟੀ ਇਨ ਰਿਐਲਿਟੀ ਦਾ ਮਤਲਬ ਹੁੰਦਾ ਅਸਲ ਵਿੱਚ ਇੱਥੇ ਵਿੱਚ ਐਸ ਵੱਡਾ ਨਹੀਂ ਆਣਾ ਸੀਗਾ ਇੱਥੇ ਐਸ ਛੋਟਾ ਆਣਾ ਹੈ ਤੇ ਇੱਥੇ ਕਮਾ ਆਣਾ ਇਹ ਤੇ ਕਮਾਣਾ ਤੇ ਐਸ ਛੋਟਾ ਆਣਾ ਉਹੋ ਇਥੇ ਐਸ ਛੋਟਾ ਆਣਾ ਬੱਚਿਓ ਠੀਕ ਹੈ ਇਸ ਕੋ ਐਸ ਛੋਟਾ ਲਿਖ ਲੈਣਾ ਤੁਸੀਂ ਠੀਕ ਹੈ ਐਸ ਛੋਟਾ ਦਾਣਾ ਲਿਖੀ ਹੋਇਆ ਇਨ ਰਿਐਲਿਟੀ ਤੋਂ ਬਾਅਦ ਕਮਾ ਹੈਗਾ ਕਮਾ ਤੇ ਐਸ ਛੋਟਾ ਬੱਚਿਓ ਐਸ ਕੈਪੀਟਲ ਨਹੀਂ ਹੈਗਾ ਠੀਕ ਹੈ ਇਨ ਰਿਐਲਿਟੀ ਅਰਥਾਤ ਅਸਲ ਵਿੱਚ ਸ਼ੀ ਡਿਡ ਸੋ ਉਹਨੇ ਇਵੇਂ ਇਸ ਕਰਕੇ ਕੀਤਾ ਡਿਡ ਸੋ ਟੂ ਪਲੀਜ਼ ਦਾ ਕਿੰਗ ਅਸਲ ਵਿੱਚ ਉਹਨੇ ਇਦਾਂ ਰਾਜੇ ਨੂੰ ਖੁਸ਼ ਕਰਨ ਲਈ ਕੀਤਾ ਹੂ ਵਾਕਡ ਵਿਦ ਅ ਲਿੰਪ ਜਿਹੜਾ ਰਾਜਾ ਲੰਗ ਮਾਰ ਕੇ ਤੁਰਦਾ ਸੀ ਉਹਨੂੰ ਖੁਸ਼ ਕਰਨ ਲਈ ਉਹਨੇ ਇਦਾਂ ਕੀਤਾ ਇਹ ਬੱਚੋ ਖਿਆਲ ਰੱਖਣਾ ਇਨ ਰਿਐਲਿਟੀ ਤੋਂ ਰਿਐਲਿਟੀ ਤੋਂ ਕੋਮਾ ਆਏਗਾ ਤੇ ਐਸ ਵੱਡਾ ਆ ਗਿਆ ਇਹਨੂੰ ਛੋਟਾ ਕਰਨਾ ਹੈ ਠੀਕ ਹੈ ਇਹ ਲਾਈਨ ਵੱਡੀ ਗਲਤੀ ਨਾਲ ਲੱਗ ਗਈ ਹੈ ਠੀਕ ਹੈ ਸੋ ਕੁਐਸਚਨ ਨੰਬਰ 7 ਹਾਊ ਡਿਡ ਦੀ ਕਿੰਗ ਰਿਟਰਨ ਦੀ ਡੌਗ ਟੂ ਦੀ ਰਾਈਟ ਓਨਰ ਓਨਰ ਮੈਨੇ ਹੁੰਦਾ ਮਾਲਿਕ ਰਾਈਟ ਓਨਰ ਮੈਨੇ ਅਸਲ ਮਾਲਿਕ ਠੀਕ ਹੈ ਰਾਜੇ ਨੇ ਕੁੱਤੇ ਨੂੰ ਅਸਲ ਮਾਲਕ ਨੂੰ ਕਿਵੇਂ ਸੌਂਪਿਆ ਕਿਵੇਂ ਉਹਨੂੰ ਮੋੜਿਆ ਹਾਊ ਡਿਡ ði ਰਿਟਰਨ ਤੇ ਰਾਜੇ ਨੇ ਕਿਹੜੀ ਉਪਯੋਗਤਾ ਕੀਤੀ ਸੋ ਇਟ ਵਾਸ ਸਜੈਸਟਿਡ ਟੂ ਡਿਵਾਈਡ ði ਡੌਗ ਇਨ ਟੂ ਕਹਿੰਦੇ ਸਲਾਹ ਇਦਾਂ ਦਿੱਤੀ ਗਈ ਕਿ ਕੁੱਤੇ ਦੇ ਦੋ ਹਿੱਸੇ ਕਰ ਦਿੱਤੇ ਜਾਣ ਐਂਡ ਗਿਵ ði ਟੂ ਨੇਬਰਸ ਹਾਫ ਈਚ ਤੇ ਦੋਨੋਂ ਗੁਆਂਢੀਆਂ ਨੂੰ ਅੱਧਾ-ਅੱਧਾ ਕੁੱਤਾ ਦੇ ਦਿੱਤਾ ਜਾਵੇ ਐਸਲਾਹ ਦਿੱਤੀ ਗਈ ði ਫਰਸਟ ਨੇਬਰ ਰੈਡੀਲੀ ਐਗਰੀਡ ਟੂ ði ਪ੍ਰੋਪੋਜ਼ੀਸ਼ਨ प्रपोजिशन ਹੁੰਦਾ ਬੱਚਿਓ ਪ੍ਰਸਤਾਵ ਸਲਾਹ ਜਿਹੜਾ ਪਹਿਲਾ ਗੁਆਂਢੀ ਸੀਗਾ ਰੈਡੀਲੀ ਐਗਰੀਡ ਉਹ ਇਕਦਮ ਸਹਿਮਤ ਹੋ ਗਿਆ ਕਹਿੰਦੇ ਹਾਂ ਜੀ ਬਹੁਤ ਵਧੀਆ ਗੱਲ ਹੈ ਇਹ ਤੇ ਹੀ ਰੈਡੀਲੀ ਐਗਰੀਡ ਟੂ ਦੀ ਪ੍ਰੋਪੋਜ਼ੀਸ਼ਨ ਹਾਊਏਵਰ ਪਰ ਦੀ ਸੈਕੰਡ ਨੇਬਰ ਐਕਸਕਲੇਮਡ ਵਿਦ ਅ ਸ਼ੌਕ ਉਹ ਤੇ ਇਕਦਮ ਤਰਭ ਗਿਆ ਇਕਦਮ ਘਬਰ ਆ ਗਿਆ ਉਹਨੂੰ ਬੜਾ ਦੁੱਖ ਭਰ ਆ ਹੈਰਾਨੀ ਹੋਈ ਐਕਸਕਲੇਮਡ ਉਹ ਇਦਾਂ ਹੈਰਾਨ ਹੋ ਕੇ ਬੋਲਿਆ ਇਨ ਦੀ ਨੈਗੇਟਿਵ ਨਹੀਂ 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 ਇਦਾਂ ਨਹੀਂ ਕਰਨਾ ਹਾਊ ਕੈਨ ਯੂ ਡੂ ਥੈਟ ਕਹਿੰਦਾ ਇਦਾਂ ਨਹੀਂ ਕਰਨਾ ਬਿਲਕੁਲ ਨਹੀਂ ਇਹ ਕੰਮ ਕਰਨਾ ਐਂਡ ਸੈਡ ਥੈਟ ਹੀ ਕੁਡ ਨਾਟ ਬੀਅਰ ਟੂ ਸੀ ਦੀ ਲਿਟਲ ਡੌਗ ਹਾਰਮ ਕਹਿੰਦਾ ਉਹ ਤੇ ਕੁੱਤੇ ਨੂੰ ਮਲਕੀ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚੇ ਇਹਦੇ ਬਾਰੇ ਉਹ ਗੱਲ ਨੂੰ ਸਹਾਰ ਹੀ ਨਹੀਂ ਸਕਦਾ ਸੀ ਉਹ ਇਸ ਗੱਲ ਨੂੰ ਬਿਲਕੁਲ ਨਹੀਂ ਸਹਾਰ ਸਕਦਾ ਸੀਗਾ ਕਿ ਕੁੱਤੇ ਨੂੰ ਕੋਈ ਕਿਸੇ ਕਿਸਮ ਦਾ ਸੱਟ ਫੇਟ ਲੱਗੇ ਹੀ ਆਫਰਡ ਥੈਟ ਦੀ ਫਰਸਟ ਨੇਬਰ ਮਾਈਟ ਹੈਵ ਦੀ ਡੌਗ ਉਹਨੇ ਤੇ ਬਲਕਿ ਇਹ ਵੀ ਕਹਿਤਾ ਕਿ ਕੁੱਤੇ ਨੂੰ ਕੁਛ ਨਾ ਕਰਿਓ ਕੁੱਤੇ ਨੂੰ ਦੋ ਹਿੱਸਿਆਂ ਚ ਨਾ ਵੰਡਿਓ ਜੇ ਪਹਿਲਾ ਗਵੰਡੀ ਕੁੱਤਾ ਚਾਹੁੰਦਾ ਤੇ ਲੈ ਲਵੇ ਮੈਂ ਨਹੀਂ ਲੈਂਦਾ ਤੇ ਇਸ ਗੱਲ ਨੂੰ seeing these two starkly opposite reactions starkly ਹੁੰਦੀ ਹੈ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਆਪੋਜ਼ਿਟ ਰਿਐਕਸ਼ਨ ਮਨੇ ਬਿਲਕੁਲ ਵੱਖਰੇ ਕਿਸਮ ਦੇ ਪ੍ਰਤੀਕਰਮ ਦੇਖ ਕੇ ਪਹਿਲਾ ਗਵੰਡੀ ਦੇ ਕਹਿੰਦਾ ਕੋਈ ਨਹੀਂ ਇਹ ਕੁੱਤੇ ਦੇ ਦੋ ਹਿੱਸੇ ਕਰ ਦੋ ਅੱਧਾ-ਅੱਧਾ ਲੈ ਲੈਣੇ ਆ ਤੇ ਦੂਜੇ ਨੇ ਕਹਾਂ ਨਾ 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 ਇਹ ਕੰਮ ਨਾ ਕਰਿਓ ਇਹ ਇਹ ਕੁੱਤਾ ਲੈ ਲਵੇ ਮੈਂ ਕੁੱਤੇ ਨੂੰ ਇਦਾਂ ਦਾ ਦੁੱਖ ਨਹੀਂ ਦੇਖ ਸਕਦਾ ਸੋ ਇਧਰ ਉਹਦੀ ਪਤਾ ਲੱਗ ਗਿਆ ਕਿ ਅਸਲੀ ਮਾਲਕ ਕੋਣ ਹੈਗਾ ਜਿਹੜਾ ਅਸਲੀ ਮਾਲਕ ਸੀ ਉਹਦੇ ਮਨ ਵਿੱਚ ਕੁੱਤੇ ਦੇ ਪ੍ਰਤੀ ਪਿਆਰ ਸੀ ਦਰਦ ਸੀ ਸੋ ਸੀਇੰਗ ðiਸ ਟੂ ਸਟਾਰਕਲੀ ਆਪੋਜ਼ਿਟ ਰੀਐਕਸ਼ਨਸ ਐ ਦੋ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਪਰਤਖਦ ਨਜ਼ਰ ਆਂਦੀਆਂ ਇੱਕ ਦੂਜੀ ਦੀ ਵਿਰੋਧੀ ਪ੍ਰਤੀਕਿਰਿਆ ਜਿਹਨੇ ਦੇਖੇ ði ਕਿੰਗ ਰਿਟਰਨ ði ਡੌਗ ਟੂ ði ਸੈਕੰਡ ਨੇਬਰ ਤੇ ਰਾਜੇ ਨੇ ਫਿਰ ਜਿਹੜਾ ਕੁੱਤਾ ਸੀਗਾ ਜਿਹੜਾ ਦੂਜਾ ਗਵੰਡੀ ਸੀ ਜਿਹੜਾ ਕਹਿੰਦਾ ਸੀ ਕੁੱਤਾ ਪਹਿਲੇ ਨੂੰ ਦੇ ਦਿਓ ਪਰ ਕੁੱਤੇ ਨੂੰ ਕੁਝ ਕਰਿਓ ਨਾ ਕਿ ਐ ਹੈ ਤੁਹਾਡਾ ਜਿਹੜਾ ਪ੍ਰਸਤਾਵ ਹੈਗਾ ਹੈ ਸਲਾਹ ਹੈਗੀ ਵੀ ਕੁੱਤੇ ਨੂੰ ਦੋਸ਼ੀਆਂ ਚ ਵੰਡ ਦੋ ਮੈਂ ਤਾਂ ਸਹਿਮਤ ਨਹੀਂ ਹੈਗਾ ਸੋ ਰਾਜਨ ਨੂੰ ਪਤਾ ਲੱਗ ਗਿਆ ਕਿ ਇਹੀ ਜਿਹੜਾ ਹੈ ਕੁੱਤੇ ਦਾ ਅਸਲੀ ਮਾਲਕ ਹੈ ਜੋ ਕੁੱਤੇ ਨੂੰ ਆਈ ਕੋਈ ਵੀ ਤਕਲੀਫ ਤੋਂ ਉਹ ਉਹਨੂੰ ਚੱਲ ਨਹੀਂ ਸਕਦਾ ਕੁਐਸਚਨ ਨੰਬਰ 8 ਵਾਈ ਡਿਡ ਦਾ ਕਿੰਗ ਸੈਂਡ ਦੀ ਫਰਸਟ ਨੇਵਰ ਟੂ ਪ੍ਰिजन ਰਾਜੇ ਨੇ ਪਹਿਲੇ ਗਵੰਡੀ ਨੂੰ ਜੇਲ੍ਹ ਵਿੱਚ ਕਿਉਂ ਭੇਜਿਆ ਸੋ ਦੋ ਕਾਰਨ ਸੀਗੇ ਪਲੇ ਵਿੱਚ ਲਿਖਿਆ ਹੋਇਆ ਹੈ the king sent the first neighbor to prison because he had breached the peace hunna dekh lo bacho breach the peace honda hai shanti bhang karni theek hai breach the peace mane shanti bhang karni ik te onne fighting in the street gali vich ladke shanti bhang kiti si he has breached the peace by fighting in the street te dooja karan hai and try to steal the dog ate kutte de apna hak jaman da koshish kiti kutte nu chori karan di koshish kiti which did not belong to him ਜਿਹੜਾ ਕੁੱਤਾ ਉਹਦਾ ਨਹੀਂ ਸੀ ਦੂਜੇ ਦੇ ਕੁੱਤੇ ਨੂੰ ਉਹਤੇ ਹੱਥ ਜਤਾਇਆ ਉਹਨੂੰ ਚੋਰੀ ਕਰਨ ਦਾ ਜਤਨ ਕੀਤਾ ਇਹ ਦੋ ਕਾਰਨਾ ਕਰਕੇ ਉਹਨੂੰ ਜੇਲ੍ਹ ਵਿੱਚ ਪਿੱਛਿਆ ਕੁਐਸਚਨ ਨੰਬਰ 9 ਵਾਈ ਵਾਸ ਦਾ ਕਿੰਗ ਨਾਟ ਪਲੀਜ਼ ਵਿਦ தி ਚਾਂਸਲਰ ਐਂਡ ਦੀ ਪ੍ਰਾਈਮ ਮਿਨਿਸਟਰ ਅਰਥਾ ਜਿਹੜਾ ਰਾਜਾ ਸੀਗਾ ਉਹ ਚਾਂਸਲਰ ਅਤੇ ਪ੍ਰਾਈਮ ਮਿਨਿਸਟਰ ਦੇ ਨਾਲ ਖੁਸ਼ ਕਿਉਂ ਨਹੀਂ ਸੀ ਸੋ ਜਵਾਬ ਹੈ ਦੀ ਕਿੰਗ ਵਾਸ ਨਾਟ ਪਲੀਜ਼ ਵਿਦ தி ਚਾਂਸਲਰ ਐਂਡ ਦੀ ਪ੍ਰਾਈਮ ਮਿਨਿਸਟਰ ਬਿਕਾਜ਼ ਦੇ ਵਰ ਸਿਕੋਫੈਂਟਸ ਸੇਕੋਫੈਂਟਸ ਹੁੰਦਾ ਵਿੱਚ ਚਮਚੇ ਚਮਚਾਗਰੀ ਕਰਦੇ ਚਾਪਲੂ ਸੀਗੇ ਐ ਲਿਖ ਲਓ ਸ਼ਬਦ ਸੇਕੋਫੈਂਟਸ ਬਿਕੋਜ਼ ਦੇ ਵਰ ਸੇਕੋਫੈਂਟਸ ਕਿਉਂਕਿ ਉਹ ਰਾਜੇ ਦੇ ਚਾਪਲੂ ਸੀਗੇ ਚਮਚਾਗਰੀ ਕਰਦੇ ਸੀਗੇ ਚਮਚੇ ਸੀਗੇ ਮੋਰ ਓਵਰ ਤੇ ਨਾਲੇ ਹੋਰ ਕੀ ਸੀਗਾ ਦੇ ਵਰ ਨਾਟ ਵਾਈਜ਼ ਉਹ ਬਿਲਕੁਲ ਵੀ ਸਿਆਣੇ ਨਹੀਂ ਸੀਗੇ ਐਂਡ ਗੇਵ ਥਾਟਲੈਸ ਸਜੈਸ਼ਨਸ ਫਾਰ ਰਿਜ਼ੋਲਵਿੰਗ ਦੀ ਡਿਸਪਿਊਟ ਬੀਟਵੀਨ ਦੀ ਟੂ ਨੇਬਰਸ ਤੇ ਜਿਹੜੇ ਦੋ ਗਵਾਂਢੀ ਸੀ ਉਹਨਾਂ ਦਾ ਝਗੜੇ ਨੂੰ ਨਿਪਟਾਉਣ ਲਈ ਉਹਨਾਂ ਨੇ ਬੜੀਆਂ ਹਾਸੋਹੀਨੀਆਂ ਹਾਂ ਦੇਰ ਨਾ ਵਾਈਸ ਯਾਣੀ ਨਹੀਂ ਸੀਗੇ ਤੇ ਵਿਚਾਰ ਹੀ ਨਹੀਂ ਬਿਲਕੁਲ ਸੋਚ ਸਮਝ ਤੋਂ ਪਰੇ ਆਲੀ ਬਿਨਾ ਸੋਚੇ ਵਿਚਾਰੇ ਉਹਨਾਂ ਨੇ ਸਲਾਹਾਂ ਦਿੱਤੀਆਂ ਕਿ ਇਹਦਾ ਇਦਾਂ ਨਿਪਟਾਰਾ ਕਰ ਦਿੰਦੇ ਆ ਜਿੱਲੇ ਉਹ ਕਹਿੰਦੇ ਸੀ ਇਹਨੂੰ ਚੁੱਕ ਕਰੇ ਦੋਨੋਂ ਨੂੰ ਜੇਲ੍ਹ ਚ ਪਾ ਦੋ ਇਹਨਾਂ ਨੇ ਸਾਡਾ ਟਾਈਮ ਖਰਾਬ ਕੀਤਾ ਹੈਗਾ ਠੀਕ ਹੈ ਨਾ ਸੋ ਇਸ ਤਰ੍ਹਾਂ ਦੀ ਸਲਾਹਾਂ ਦਿੱਤੀਆਂ ਉਹਨਾਂ ਨੇ ਇਸ ਕਰਕੇ ਫਿਰ ਕੁਐਸਚਨ ਨੰਬਰ 10 ਹਾਊ ਵਾਸ ਦੀ ਫਰਸਟ ਲੇਡੀ ਰਿਵਾਰਡਡ ਅਰਥਾਤ ਜਿਹੜੀ ਪਹਿਲੀ ਲੇਡੀ ਸੀਗੀ ਉਹਨੂੰ ਕਿਵੇਂ ਨਿਵਾਜਿਆ ਗਿਆ ਉਹਨੂੰ ਕੀ ਨਾਮ ਦਿੱਤਾ ਗਿਆ ਸੋ ਜਵਾਬ ਹੈ ਦੀ ਕਿੰਗ ਮੇਡ ਦੀ ਫਰਸਟ ਲੇਡੀ ਚੀਫ ਲੇਡੀ ਇਨ ਵਿਟਿੰਗ ਅਰਥਾਤ ਉਹਨੇ ਪਹਿਲੀ ਲੇਡੀ ਨੂੰ ਚੀਫ ਲੇਡੀ ਇਨਵਿਟਿੰਗ ਬਣਾ ਦਿੱਤਾ ਠੀਕ ਹੈ ਆਖਰੀ ਕੁਐਸਚਨ ਵਾਈ ਵਰ ਦੀ ਕੋਟਿਅਰਸ ਦਰਬਾਰੀ ਅਮੇਜ਼ਡ ਐਟ ਦੀ ਕਿੰਗਸ ਬਿਹੇਵੀਅਰ ਅਰਥਾਤ ਜਿਹੜੇ ਦਰਬਾਰੀ ਸੀਗੇ ਉਹ ਰਾਜੇ ਦੇ ਬਿਹੇਵੀਅਰ ਤੇ ਰਾਜਾ ਦੇ ਵਰਤਾਵ ਤੇ ਹੱਕੇ ਬੱਕੇ ਕਿਉਂ ਰਹਿ ਗਏ ਮਨ ਲਕੀ ਇਨੇ ਹੈਰਾਨ ਕਿਉਂ ਹੈ ਸੋ ਜਵਾਬ ਇਦੀ ਕੋਟਿਅਰਸ ਹੈਡ ਫਰਸ ਥਾਟ ਆਫ ਦੀ ਕਿੰਗ ਐਸ ਵੀਅਰਡ ਦਰਬਾਰੀਆਂ ਨੇ ਪਹਿਲੇ ਸੋਚਿਆ ਸੀ ਰਾਜੇ ਬਾਰੇ ਕਿ ਉਹ ਤੇ ਬੜਾ ਐਵੇਂ ਨਮੂਨਾ ਜਿਹਾ ਹੈਗਾ ਵੀ ਅਡਮ ਨੇ ਨਮੂਨੀ ਜੀ ਚੀਜ਼ ਅਨੋਖੀ ਅਜੀਬੋ ਗਰੀਬ ਕਿਉਂਕਿ ਉਹਨੇ ਬੌਲਰ ਹੈਟ ਪਾਈ ਹੋਈ ਸੀਗੀ ਉਹ ਲੰਗ ਮਾਰ ਕੇ ਤੁਰਦਾ ਸੀ ਬਿਕਾਜ਼ ਹੀ ਵੋਰ ਅ ਬੌਲਰ ਹੈਟ ਐਂਡ ਵਾਕਡ ਵਿਦ ਅ ਨੋਟਿਸੇਬਲ ਲਿੰਪ ਹੁਣ ਦੇਖੋ ਇੱਥੇ ਮੈਂ ਸ਼ਬਦ ਵਰਤੇ ਨੋਟਿਸੇਬਲ ਪਹਿਲੇ ਵਰਤੇ ਮਾਰਕਡ ਕਿਤਾਬ 'ਚ ਲਿਖਿਆ ਪ੍ਰੋਨounced ਇਹ ਬੱਚੇ ਸਿਨੋਨਿਮਸ ਹੈਗੇ ਨੇ ਇਹ ਨੋਟ ਕਰ ਲਓ ਤੁਹਾਡੀ ਵੋਕੈਬਲਰੀ ਵਧੇਗੀ ਸਮਝਣ ਕੇ ਵੱਖਰੇ ਵੱਖਰੇ ਸ਼ਬਦ ਵਰਤੇ ਨੇ ਤਾਂ ਕਿ ਤੁਹਾਡੀ ਅੰਗਰੇਜ਼ੀ ਇੰਪਰੂਵ ਹੋਵੇ ਕਿਤਾਬ 'ਚ ਲਿਖਿਆ ਪ੍ਰੋਨounced ਲਿਪ ਇੱਕ ਜਗ੍ਹਾ ਮੇ ਲਿਖਿਆ ਨੋਟਿਸੇਬਲ ਲਿੰਪ ਤੇ ਇੱਕ ਜਗ੍ਹਾ ਲਿਖਿਆ ਮਾਰਕਡ ਲਿੰਪ ਠੀਕ ਹੈ ਸੋ ਕਿਉਂਕਿ ਉਹਨੇ ਬੌਲਰ ਹੈਟ ਪਾਈ ਹੋਈ ਸੀਗੀ ਇੱਕ ਅਜੀਬ ਜੀ ਟੋਪੀ ਗੋਲ ਜੀ ਟੋਪੀ ਪਾਈ ਹੋਈ ਸੀਗੀ ਐਂਡ ਵਾਕਡ ਵਿਦ ਅ ਨੋਟਿਸੇਬਲ ਲਿੰਪ ਅਰਥਾਤ ਸਾਫ ਨਜ਼ਰ ਆਂਦੀ ਲੰਗ ਮਾਰ ਕੇ ਤੁਰਦਾ ਸੀ ਹਾਊਐਵਰ ਪਰ ਦੀ ਕਿੰਗ ਪ੍ਰੂਵ ਟੂ ਬੀ ਥੌਟਫੁਲ ਪਰ ਬਾਅਦ ਚ ਪਤਾ ਲੱਗਾ ਵੀ ਰਾਜਾ ਤੇ ਬੜਾ ਵਿਚਾਰਵਾਨ ਸੀ ਵਾਈ ਸਿਆਣਾ ਸੀ ਐਂਡ ਅ ਗੁੱਡ ਜਜ ਅਤੇ ਬੜੇ ਸਿਆਣੇ ਫੈਸਲੇ ਕਰਨ ਵਾਲਾ ਸੀ ਇਟ ਇਜ਼ ਵਾਈ ਦੀ ਕੋਟਿਅਰਸ ਵਰ ਅਮੇਜ਼ਡ ਐਟ ਦੀ ਕਿੰਗਸ ਬਿਹੇਵੀਅਰ ਇਸੀ ਕਰਕੇ ਦਰਬਾਰੀ ਜਿਹੜੇ ਸੀ ਉਹ ਰਾਜੇ ਦੇ ਵਰਤਾਰੇ ਤੇ ਰਾਜੇ ਦਾ ਵਰਤਾਵ ਤੇ ਉਹਨਾਂ ਦਾ ਜੋ ਕੰਡਕਟ ਸੀ ਰਾਜੇ ਦਾ ਉਹ ਤੋਂ ਹੱਕੇ ਬੱਕੇ ਰਹਿ ਗਏ ਬੜੇ ਹੈਰਾਨ ਹੋਏ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡਾ ਜੋ ਪਲੇ ਹੈਗਾ ਦੀ ਕਿੰਗ ਹੋ ਲਿੰਮਟ ਮਦੇ ਕੁਐਸਚਨਸ ਆਨਸਰਸ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ